ਲੁਧਿਆਣਾ ਵਿੱਚ ਕੌਮਾਂਤਰੀ ਔਰਤ ਦਿਵਸ ਵਾਲੇ ਦਿਨ ਤਿੰਨ ਅਣਪਛਾਤੇ ਮਾਰੂਤੀ ਕਾਰ ਸਵਾਰਾਂ ਵੱਲੋਂ ਇੱਕ ਨੌਜਵਾਨ ਲੜਕੀ ਨੂੰ ਅਗਵਾ ਕਰਨ ਉਸ ਨਾਲ ਜਬਰਨ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਨੂੰ ਅੰਜਾਮ ਲੁਧਿਆਣਾ ਵਿੱਚ ਚੱਲਦੀ ਕਾਰ ਦੌਰਾਨ ਹੀ ਦਿੱਤਾ ਗਿਆ। ਜਬਰ ਜਨਾਹ ਦੀ ਸ਼ਿਕਾਰ ਲੜਕੀ ਬਿਲਾਸਪੁਰ ਦੀ ਰਹਿਣ ਵਾਲੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਇੱਥੋਂ ਦੇ ਰਾਜਗੁਰੂ ਨਗਰ ਵਿਖੇ ਇੱਕ ਪੀਜੀ ਵਿੱਚ ਰਹਿ ਰਹੀ ਹੈ। ਲੁਧਿਆਣਾ ਦੇ ਇੱਕ 5 ਸਿਤਾਰਾ ਹੋਟਲ ਵਿੱਚ ਕੰਮ ਕਰਦੀ ਹੈ ਇਹ ਲੜਕੀ, ਜੋ ਕਿ ਕਰੀਬ ਰਾਤ 1:30 ਵਜੇ ਆਪਣੀ ਇੱਕ ਸਹੇਲੀ ਦੇ ਘਰ ਤੋਂ ਆਪਣੇ ਪੀਜੀ ਵਾਪਸ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਉਸ ਨੂੰ ਮਾਰੂਤੀ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਜ਼ਬਰਦਸਤੀ ਅਗਵਾ ਕਰ ਲਿਆ। ਇਹ ਨੌਜਵਾਨ ਲੜਕੀ ਨੂੰ ਰਾਜਗੁਰੂ ਨਗਰ ਨੇੜੇ ਸਥਿਤ ਲੋਧੀ ਕਲੱਬ ਵਾਲੀ ਸੜਕ ਤੇ ਲੈ ਗਏ, ਜਿੱਥੇ ਇਹਨਾਂ ਵਿੱਚੋਂ ਦੋ ਨੌਜਵਾਨਾਂ ਨੇ ਕਾਰ ਵਿੱਚ ਹੀ ਉਸ ਨਾਲ ਵਾਰੋ ਵਾਰੀ ਜਬਰ ਜਨਾਹ ਕੀਤਾ। ਪੀੜਤ ਲੜਕੀ ਨੇ ਇਹ ਸਾਰੀ ਗੱਲ ਆਪਣੀ ਸਹੇਲੀ ਅਤੇ ਹੋਟਲ ਦੇ ਪ੍ਰਬੰਧਕਾਂ ਨੂੰ ਦੱਸੀ। ਪੀੜਤ ਵੱਲੋਂ ਦੋਸ਼ੀਆਂ ਦੀ ਕਾਰ ਸੰਬੰਧੀ ਪੁਲਿਸ ਨੂੰ ਅਹਿਮ ਜਾਣਕਾਰੀ ਦਿੱਤੀ ਗਈ ਹੈ, ਜਿਸ ਆਧਾਰ ਉੱਤੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ये रात एक इंसिडेंट के बारे में पता चला था, हमने FIR दर्ज कर ली है। ये सारा इसको थॉरली इन्वेस्टिगेट कर रहे हैं। तीन लड़कों के बारे में पता चला, इनमें दो ने रेप किया। खबरों दी दुनिया विच आओ, साडे नाल कदे भी किते भी जुड़ो। आपा मिलांगे फेसबुक ते, असी दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात।